ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਤੇ ਜਿੱਥੇ ਭਾਰਤ ਤੇ ਪਾਕਿਸਤਾਨ ਦੇ ਵਿੱਚ ਵੱਡੀ ਪੱਧਰ ਤੇ ਸਮਾਗਮ ਤੇ ਜਾ ਰਹੇ ਨੇ, ਉੱਥੇ ਹੀ ਵੱਖ ਵੱਖ ਸਿੱਖਿਆ ਸੰਸਥਾਵਾਂ ਦੇ ਵਿੱਚ ਵੀ ਉਹਨਾਂ ਨੂੰ ਲੈ ਕੇ ਵਿਚਾਰ ਗੋਸ਼ਟੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਇਸ ਨੂੰ ਲੈ ਕੇ ਜਿੱਥੇ ਜਿੱਥੇ ਵੀ ਦੁਨੀਆਂ ਭਰ ਵਿੱਚ ਸਿੱਖ ਵੱਸਦੇ ਨੇ ਉੱਥੋਂ ਦੀਆਂ ਸਰਕਾਰਾਂ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਨੇ। ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤ ਸਰਕਾਰ ਵੱਲੋਂ ਯੂਨੀਵਰਸਿਟੀ ਆਫ ਬਰਮਿੰਗਮ ਵਿੱਚ ਗੁਰੂ ਨਾਨਕ ਚੇਅਰ ਕਾਇਮ ਕੀਤੀ ਜਾ ਰਹੀ ਹੈ। ਇਸ ਬਾਰੇ ਐਲਾਨ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਬਾਰੇ ਮਾਮਲਿਆਂ ਦੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਯੂਨੀਵਰਸਿਟੀ ਦੇ ਇੰਡੀਆ ਇੰਸਟੀਚਿਊਟ ਦੇ ਵਿੱਚ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕੀਤਾ। ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਦੇਸ਼ ਨੂੰ ਅੱਜ ਜਿਹੜੀਆਂ ਚੁਣੌਤੀਆਂ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ, ਗੁਰੂ ਨਾਨਕ ਦੇਵ ਜੀ ਉਹਨਾਂ ਚੁਣੌਤੀਆਂ ਤੋਂ 15ਵੀਂ ਅਤੇ 16ਵੀਂ ਸਦੀ ਵਿੱਚ ਹੀ ਵਾਕਫ ਸਨ। ਉਹਨਾਂ ਕਿਹਾ ਹੈ ਕਿ ਗੁਰੂ ਨਾਨਕ ਦੇਵ ਜੀ ਔਰਤਾਂ ਦੇ ਸਸ਼ਕਤੀਕਰਨ ਦੇ ਹੱਕ ਵੀ ਸਨ, ਵਾਤਾਵਰਣ ਦੀ ਸੁਰੱਖਿਆ ਉਹ ਚਾਹੁੰਦੇ ਸਨ, ਕੱਟੜਵਾਦ ਉੱਤੇ ਵੀ ਉਹ ਰੋਕ ਚਾਹੁੰਦੇ ਸਨ ਅਤੇ ਉਹਨਾਂ ਹੀ ਚੁਣੌਤੀਆਂ ਦਾ ਸਾਹਮਣਾ ਅੱਜ ਮਨੁੱਖ ਕਰ ਰਿਹਾ ਹੈ। ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਗੁਰੂ ਸਾਹਿਬ ਦਾ ਸੁਨੇਹਾ ਇਸ ਅਹਿਮ ਯੂਨੀਵਰਸਿਟੀ ਵਿੱਚ ਮਹੱਤਵਪੂਰਨ ਚੇਅਰ ਦੀ ਸਥਾਪਨਾ ਨਾਲ ਹੋਰ ਵੀ ਮਜ਼ਬੂਤੀ ਨਾਲ ਦਿੱਤਾ ਜਾਵੇਗਾ। ਉਹਨਾਂ ਕਿਹਾ ਹੈ ਕਿ ਖੋਜੀ ਵਿਦਵਾਨ ਇਸ ਮਾਮਲੇ ਵਿੱਚ ਨਵੀਆਂ ਖੋਜਾਂ ਕਰ ਸਕਣਗੇ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਭਾਰਤ ਸਰਕਾਰ ਇਸ ਪਾਸੇ ਲਗਾਤਾਰ ਧਿਆਨ ਦੇਵੇਗੀ। ਉਹਨਾਂ ਕਿਹਾ ਹੈ ਕਿ ਆਮ ਤੌਰ 'ਤੇ ਜਦੋਂ ਇਹੋ ਜਿਹੇ ਈਵੈਂਟ ਹੁੰਦੇ ਹਨ ਉਦੋਂ ਹੀ ਇਸ ਪਾਸੇ ਧਿਆਨ ਦਿੱਤਾ ਜਾਂਦਾ ਹੈ, ਪਰ ਭਾਰਤ ਸਰਕਾਰ ਸਦਾ ਹੀ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਸਥਾਪਿਤ ਚੇਅਰ ਦੀ ਮਦਦ ਕਰਦੀ ਰਹੇਗੀ। ਪਹਿਲਾਂ ਇਹ ਆਰਥਿਕ ਮਦਦ 5 ਸਾਲਾਂ ਲਈ ਹੈ, ਪਰ ਬਾਅਦ ਵਿੱਚ ਇਸ ਦੀ ਮਿਆਦ ਅੱਗੇ ਵਧਾਈ ਜਾਂਦੀ ਰਹੇਗੀ। ਨਾਨਕ ਦੇਵ ਜੀ ਕੇ ਜਨਮ ਪੇ ਉਨਕਾ ਜੋ ਇਸੈਂਸ਼ਲ ਮੈਸੇਜ ਹੈ ਉਸੇ ਬੋਲਨੇ ਉਸ ਸਮੇਂ ਇਹ ਮੈਨੇ ਫਾਰਮਲ ਅਨਾਊਂਸਮੈਂਟ ਕੀ ਹੈ। ਤੇ ਇਸ ਕੀ ਫੰਡਿੰਗ ਐਸੀ ਹੈ, ਗਵਰਨਮੈਂਟ ਆਫ ਇੰਡੀਆ ਕੀ ਸਪੋਰਟਡ ਹੈ, ਪਰ ਯਹਾਂ ਪੇ ਯੂਨੀਵਰਸਿਟੀ ਆਫ ਬਰਮਿੰਗਮ ਨੇ ਵੀ ਬਹੁਤ ਹੀ ਇਸਮੇ ਸਿਗਨੀਫਿਕੈਂਟ ਫਾਈਨੈਂਸ਼ੀਅਲ ਕੰਟ੍ਰੀਬਿਊਸ਼ਨ ਕਰਨੇ ਕਾ ਕੀ ਅਨਾਊਂਸਮੈਂਟ ਕੀ ਥੀ, ਤੋ ਉਸਕੋ ਉਨਕਾ ਮੈਨੇ ਧੰਨਵਾਦ ਕੀਆ। ਔਰ ਇਹ ਗਵਰਨਮੈਂਟ ਸਪੋਰਟਡ ਚੇਅਰ ਹੈ ਔਰ ਇਹ ਪਹਿਲੀ ਐਸੀ ਚੇਅਰ ਹੈ ਜੋ ਇਸ ਸਟਰਕਚਰ ਮੈਂ ਬਣਾਈ ਜਾ ਰਹੀ ਹੈ। ਬਰਮਿੰਗਮ ਮੈਂ ਕਿਉਂ, ਮੈਂ ਸਮਝਤਾ ਹੂੰ ਕਿ ਇਸਕੇ ਕਈ ਕਾਰਨ ਹੈ। ਪਹਿਲੀ ਬਾਤ ਤੋ ਇਹ ਹੈ ਕਿ ਜੋ ਇੰਡੀਅਨ ਓਰਿਜਿਨ ਕਮਿਊਨਿਟੀ ਹੈ ਯੂਨਾਈਟਿਡ ਕਿੰਗਡਮ ਮੈਂ 1.5 ਮਿਲੀਅਨ ਕੇ ਕਰੀਬ, ਉਸਮੇ ਸੇ ਕਈ ਜੋ ਜਨਸੰਖਿਆ ਉਸਮੇ ਜੋ ਹਮਾਰੇ ਪੰਜਾਬ ਸੇ ਲੋਕ ਆਏ ਹੋਏ ਹੈ, ਸਿੱਖ ਧਰਮ ਕੇ ਲੋਕ ਹੈ, ਉਹ ਕਾਫੀ ਇਸ ਵੈਸਟ ਮਿਡਲੈਂਡਸ ਏਰੀਆ ਮੈਂ ਬਰਮਿੰਗਮ ਕੋਵੈਂਟਰੀ ਵੁਲਵਰਹੈਂਪਟਨ ਮੈਂ ਰਹਿਤੇ ਹੈ। ਪਰ ਉਸਕੇ ਇਲਾਵਾ ਬਰਮਿੰਗਮ ਯੂਨੀਵਰਸਿਟੀ ਕਾ ਆਪਣਾ ਇਤਿਹਾਸ ਜੋ ਹੈ ਉਹ ਬਹੁਤ ਇੱਕ ਮਹੱਤਵਪੂਰਨ ਹੈ। ਔਰ ਬਰਮਿੰਗਮ ਯੂਨੀਵਰਸਿਟੀ ਵਿਸ਼ਵ ਵਿਦਿਆਲਯ ਜੋ ਹੈ ਦੁਨੀਆ ਮੈਂ ਸੇ ਟੋਪ 100 ਯੂਨੀਵਰਸਿਟੀਜ਼ ਮੈਂ ਗਿਨੀ ਜਾਤੀ ਹੈ ਔਰ ਯਹਾਂ ਪੇ ਯੂਕੇ ਮੈਂ ਵੀ ਟੋਪ ਯੂਨੀਵਰਸਿਟੀਜ਼ ਮੈਂ ਗਿਨੀ ਜਾਤੀ ਹੈ। ਇੰਡੀਅਨ ਓਰਿਜਿਨ ਚਾਂਸਲਰ ਹੈ ਉਨਕੇ ਔਰ ਬਹੁਤ ਇੰਡੀਅਨ ਇੰਡੀਆ ਕੇ ਸਾਥ ਉਨਕੀ ਇੰਟਰੈਕਟਿਵ ਪ੍ਰੋਸੈਸਿਸ ਰਹੀ ਹੈ। ਹਰਦੀਪ ਸਿੰਘ ਪੁਰੀ ਇੰਡੀਆ ਇੰਸਟੀਚਿਊਟ ਦੇ ਵਿੱਚ ਦੂਜਾ ਸਾਲਾਨਾ ਭਾਸ਼ਣ ਦੇ ਰਹੇ ਸਨ। ਪਹਿਲਾ ਭਾਸ਼ਣ ਅਕਤੂਬਰ 2018 ਦੌਰਾਨ ਐਸ ਜੈਸ਼ੰਕਰ ਵੱਲੋਂ ਦਿੱਤਾ ਗਿਆ ਸੀ, ਜੋ ਕਿ ਮੌਜੂਦਾ ਭਾਰਤ ਦੇ ਵਿਦੇਸ਼ ਮੰਤਰੀ ਹਨ। ਅਗਰ ਤੁਸੀਂ ਹਾਊਸ ਵਾਈਫ ਹੋ ਜਾਂ ਆਲਰੇਡੀ ਟੀਚਿੰਗ ਪ੍ਰੋਫੈਸ਼ਨ ਵਿੱਚ ਹੋ ਤਾਂ ਤੁਹਾਡੇ ਲਈ ਸਾਡੇ ਕੋਲ ਇੱਕ ਬਹੁਤ ਹੀ ਵਧੀਆ ਓਪਰਚੁਨਿਟੀ ਹੈ। ਅਬੈਕਸ ਸਾਇੰਸ ਅਕੈਡਮੀ ਕੋਈ ਵੀ ਰਾਇਲਟੀ ਚਾਰਜ ਨਹੀਂ ਕਰਦਾ ਤੇ ਇੱਕ ਬਹੁਤ ਹੀ ਮਿਨੀਮਮ ਫੀ ਪੇ ਕਰਕੇ ਤੁਸੀਂ ਐਜ਼ ਅ ਫਰੈਂਚਾਈਜ਼ ਸਾਨੂੰ ਜੁਆਇਨ ਕਰ ਸਕਦੇ ਹੋ ਤੇ ਪਰ ਮੰਥ ਅਰਾਊਂਡ 25 to 50,000 ਅਰਨ ਕਰ ਸਕਦੇ ਹੋ। ਅਬੈਕਸ ਸਾਇੰਸ ਅਕੈਡਮੀ ਪਿਛਲੇ 12 ਸਾਲ ਤੋਂ ਟੀਚਰਸ ਨੂੰ ਅਬੈਕਸ ਦੀ ਟ੍ਰੇਨਿੰਗ ਦੇ ਰਿਹਾ ਹੈ ਤੇ ਸਾਡੇ ਬੱਚੇ ਅਰਾਊਂਡ 112 ਵਰਲਡ ਤੇ ਨੈਸ਼ਨਲ ਰਿਕਾਰਡ ਬਣਾ ਕੇ ਆਪਣਾ ਨਾਮ ਲਿਮਕਾ ਬੁੱਕ ਆਫ ਰਿਕਾਰਡ ਵਿੱਚ ਦਰਜ ਕਰਵਾ ਚੁੱਕੇ ਨੇ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।